ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਇਕੱਲੇ ਰੱਬ ਦੇ ਨਾਂ ਨੇ ਰੋਟੀ ਨਹੀਂ ਦੇਣੀ, ਜੇ ਰੱਬ ਦੇ ਨਾਂ ਨੇ ਰੋਟੀ ਦੇਣੀ ਹੁੰਦੀ ਤਾਂ ਬਹੁਤ ਸਾਰੇ ਫਕੀਰ ਹੱਥੀਂ ਮਿਹਨਤ ਨਾ ਕਰਦੇ। ਗੁਰੂ ਨਾਨਕ ਪਾਤਸ਼ਾਹ ਦੇਖੋ ਖੇਤੀਬਾੜੀ ਕੀਤੀ ਆ, ਪਰਿਵਾਰ ਪਾਲਿਆ ਸਾਰਾ। ਰਵਿਦਾਸ ਮਹਾਰਾਜ ਜੀ ਦੇਖੋ ਜੁੱਤੀਆਂ ਗੰਢ ਕੇ ਗੁਜ਼ਾਰਾ ਕੀਤਾ, ਕਬੀਰ ਸਾਹਿਬ ਨੇ ਕੱਪੜਾ ਬੁਣਿਆ। ਉਹ ਸਾਡੇ ਲਈ ਮਿਸਾਲ ਬਣ ਕੇ ਆਏ ਕਿ ਨਹੀਂ ਭਾਈ, ਕੰਮ ਵੀ ਕਰਨਾ, ਚੌਂਕੜੇ ਨਹੀਂ ਮਾਰ ਲੈਣੇ, ਤਿਲਕ ਲਾ ਕੇ ਲੋਕਾਂ ਨੂੰ ਲੁੱਟਣਾ ਨਹੀਂ।